ਬੇਦਾਵਿਆਂ ਦੀ ਸਿਆਸਤ ਕੀ ਏ? ਬੇਦਾਵਿਆਂ ਦੀ ਸਿਆਸਤ ਕੀ ਸੀ? ਬੇਦਾਵਿਆਂ ਬੰਦਿਆਂ ਦੀ ਸਿਆਸਤ ਕਿੰਝਦੀ ਹੁੰਦੀ ਏ? ਇਹੋ ਸਵਾਲ ਫਰੋਲਦਿਆਂ ਫਰੋਲਦਿਆਂ ਨਜ਼ਮ ਹੁਸੈਨ ਸੱਯਦ ਲਿਖਤਾਂ ਬਾਰੇ ਇੱਕ ਲਿਖਤ ਲਿਖੀ, ਲਿਖਤਾਂ ਦੀ ਸਿਆਸਤ ਬਾਰੇ, ਲਿਖਾਰੀਆਂ ਦੀ ਸਿਆਸਤ ਬਾਰੇ। ਅਲਫੋ ਪੇਦਨੀ ਦੀ ਵਾਰ। ਅਲਫੋ ਇੱਕ ਨੱਚਣ ਗਾਉਣ ਵਾਲੀ ਟੱਪੜੀ ਵਾਸਨ ਦੀ ਕਹਾਣੀ ਹੈ, ਜਿਹੜੀ ਇੱਕ ਸ਼ਾਇਰ ਆਲਮ ਮੌਲਵੀ ਗੁਲਾਮ ਰਸੂਲ ਦੀ ਮਸੀਹ 'ਤੇ ਜਾ ਵੜਦੀ ਹੈ, ਜਿੱਥੇ ਮੌਲਵੀ ਸਾਹਿਬ ਮਰਦਾਨਾ, ਸ਼ੁਜਾਤ, ਬਹਾਦਰੀ, ਜ਼ੀਰਕੀ ਅਤੇ ਚਾਬਕ ਦਸਤੀ ਦਾ ਪੁਰਾਣਾ ਫਾਰਸੀ ਕਿੱਸਾ ਅਮੀਰ ਹਮਜ਼ਾ ਪੰਜਾਬੀ ਵਿੱਚ ਨਕਲ ਕਰਦੇ ਪਏ ਨੇ। ਆਪ 20,000 ਸ਼ੇਰ ਜੋੜ ਕੇ ਇਲਮ ਦੇ ਮੈਦਾਨ ਵਿੱਚ ਲੱਥੇ ਹਨ। ਅਲਫੋ ਮਿਲੀ ਅਤੇ ਮੌਲਵੀ ਸਾਹਿਬ ਦਾ ਸਾਰਾ ਲਿਖਿਆ ਪੜ੍ਹਿਆ ਜਿਵੇਂ ਵੀਰਾਨ ਹੋ ਗਿਆ। ਇੱਕ ਸੂਰ ਦੇ ਬੱਚੇ ਦੀ ਜਾਨ ਬਚਾਉਣ ਵਾਸਤੇ ਉਸ ਆਪਣੀ ਜਾਨ ਦਾਅ 'ਤੇ ਲਾ ਦਿੱਤੀ। ਮੌਲਵੀ ਹੋਰਾਂ ਉਹ ਰਾਤ ਜਾਗਦਿਆਂ ਲੰਘਾਈ, ਰੰਗ ਰੰਗ ਦਿਆਂ ਸਵਾਲਾਂ ਉਹਨਾਂ ਨੂੰ ਘੇਰੀ ਰੱਖਿਆ ਅਤੇ ਹਰ ਸਵਾਲ ਨੇ ਕਈ ਵੇਲੇ ਅਤੇ ਕਈ ਜ਼ਮਾਨੇ ਚੇਤੇ ਕਰਾਏ। ਅਚੰਬਾ ਰਾਤ ਸੀ, ਉਹ ਰਾਤ ਆਈ ਅਤੇ ਮੁੜ ਨਾ ਗਈ। ਵੇਲਿਓਂ ਵੇਲੇ ਅਤੇ ਕਿਸਿਓਂ ਕਿੱਸੇ ਫਿਰਾਂਦੀ ਫਿਰਾਂਦੀ ਅਲਫੋ ਸਾਨੂੰ ਮਨਸੂਰ ਦੇ ਬਾਰੇ ਖੜਦੀ ਏ, ਜਿੱਥੇ ਇੱਕ ਬਾਬਾ ਪੇਂਜਾ ਭਿੰਜਣ ਦਾ ਸਾਸ ਬਣਾ ਕੇ ਗਾਉਂਦਾ ਹੈ। ਬਾਬੇ ਗਾਉਣਾ ਅਤੇ ਉਸਦੀ ਦਾੜੀ ਵਿੱਚੋਂ ਪਾਣੀ ਦੇ ਤੁਰਪ ਕੇ ਡਿੱਗਣੇ, ਪੁੱਛਣਾ ਬਾਬਾ ਰੋਂਦਾ ਕਿਉਂ ਹੈ? ਮਨਸੂਰ ਆਖਣਾ ਰੋਂਦਾ ਨਹੀਂ, ਦਾੜੀ ਵਜ਼ੂ ਕਰੇਂਦੀ ਏ। ਤੇਰੇ ਨਾਂ ਦਾ ਰੂੰ ਮੈਂ ਹਰ ਦਮ ਕੱਤਿਆ ਕਰੂੰ, ਪਿੰਜ ਪਿੰਜ ਮੈਂ ਰੂੰ ਬਣਾਵਾਂ, ਕੱਤ ਕੱਤ ਕੇ ਤਾਗਾ ਤਾਗੇ ਦੀ ਬਣਵਾਵਾਂ ਕੁਰਤੀ, ਨਾ ਪਿੱਛਾ ਨਾ ਆਗਾ ਮੈਂ ਹਰ ਦਮ ਕੱਤਿਆ ਕਰੂੰ ਕੱਤਿਆ ਕਰੂੰ। ਤੇਰੇ ਨਾਂ ਦਾ ਰੂੰ ਮੈਂ ਹਰ ਦਮ ਕੱਤਿਆ ਕਰੂੰ, ਤੇਰੇ ਨਾਂ ਦਾ ਰੂੰ ਮੈਂ ਹਰ ਦਮ ਕੱਤਿਆ ਕਰੂੰ, ਮੈਂ ਹਰ ਦਮ ਕੱਤਿਆ ਕਰੂੰ, ਤੇਰੇ ਨਾਂ ਦਾ ਰੂੰ ਮੈਂ ਹਰ ਦਮ ਕੱਤਿਆ ਕਰੂੰ, ਮੈਂ ਹਰ ਦਮ ਕੱਤਿਆ ਕਰੂੰ ਤੇਰੇ ਨਾਂ ਦਾ ਰੂੰ। ਪਿੰਜ ਪਿੰਜ ਮੈਂ ਰੂੰ ਬਣਾਵਾਂ, ਕੱਤ ਕੱਤ ਕੇ ਕੱਤਿਆ ਕਰੂੰ, ਮੈਂ ਹਰ ਦਮ ਕੱਤਿਆ ਕਰੂੰ ਤੇਰੇ ਨਾਂ ਦਾ ਰੂੰ। ਪਿੰਜ ਪਿੰਜ ਮੈਂ ਰੂੰ ਬਣਾ,
धागे दी बनवावा कुड़ती ना पीछा ना आगा मैं हर दम कत्या करूं कत्या करूं तेरे नाम दारूं मैं हर दम कत्या करूं मैं हर दम कत्या करूं तेरे नाम दारूं मैं हर दम कत्या करूं मैं हर दम कत्या करूं।